ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ 'ਤੇ। ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸਕੂਲਾਂ ਦੇ ਵਿੱਚ ਜਿਹੜੀ TGT ਅਧਿਆਪਕ ਦੀਆਂ ਪੋਸਟਾਂ ਆਈਆਂ ਨੇ, ਸੋ ਇੱਕ ਸਕੂਲ ਦੇ ਵੱਲੋਂ ਐਪਲੀਕੇਸ਼ਨਾਂ ਦੀ ਮੰਗ ਜਿਹੜੀ ਕੀਤੀ ਗਈ ਹੈ, ਇੱਕ ਛੋਟਾ ਜਿਹਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਆਫੀਸ਼ੀਅਲੀ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਸਾਡਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ, ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ। ਤਾਂ ਇਹ ਨੇ ਜੀ ਪੋਸਟਾਂ, BSF ਸੈਕੰਡਰੀ ਸਕੂਲ ਆ ਜਿਹੜਾ ਜਲੰਧਰ ਕੈਂਟ ਦੇ ਵਿੱਚ। ਤਾਂ ਇਹਦੇ ਵਿੱਚ ਅਸਾਮੀਆਂ ਜਿਹੜੀਆਂ ਮੰਗੀਆਂ ਗਈਆਂ ਨੇ ਕੰਟਰੈਕਚੁਅਲ ਬੇਸ 'ਤੇ। ਤਾਂ PGT ਇੰਗਲਿਸ਼ ਦੀ ਇੱਕ ਪੋਸਟ ਇਹਦੇ ਵਿੱਚ ਜਿਹੜੀ ਮੰਗੀ ਗਈ ਹੈ। ਸੋ ਇੱਥੇ ਕਿੰਨੀਆਂ ਗਿਣਤੀ ਆ ਪੋਸਟਾਂ ਦੀ ਇੱਥੇ ਇਹ ਨਹੀਂ ਮੈਂਸ਼ਨ ਕੀਤਾ ਗਿਆ, ਸਬਜੈਕਟ ਦੱਸਿਆ ਗਿਆ ਅਤੇ ਸੈਲਰੀ ਕਿੰਨੀ ਦਿੱਤੀ ਜਾਊ। 27,500 ਸੈਲਰੀ ਹੈ। PGT ਕਮਰਸ ਦੀ ਪੋਸਟ ਹੈ, ਮਿਊਜ਼ਿਕ ਡਾਂਸ ਟੀਚਰ ਦੀ ਪੋਸਟ ਹੈ। ਸੋ ਮਿਊਜ਼ਿਕ ਡਾਂਸ ਜਿਹੜਾ ਟੀਚਰ ਹੈ ਉਹਨੂੰ 19,000 ਪਰ ਮੰਥ ਜਿਹੜਾ ਤਨਖਾਹ ਦਿੱਤੀ ਜਾਊ। ਇੰਗਲਿਸ਼ ਅਤੇ ਕਮਰਸ ਦਾ ਜੋ ਟੀਚਰ ਹੋਏਗਾ, PGT ਪੋਸਟ ਗ੍ਰੈਜੂਏਟ ਟੀਚਰ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹਨੂੰ 2,500 ਰੁਪਈਆ ਪ੍ਰਤੀ ਮਹੀਨਾ ਤਨਖਾਹ ਜਿਹੜੀ ਦਿੱਤੀ ਜਾਊ। ਬਾਕੀ ਆ ਥੱਲੇ ਵੈਬਸਾਈਟ ਦਿੱਤੀ ਹੈ, ਇਸ 'ਤੇ ਜਾ ਕੇ ਤੁਸੀਂ ਹੋਰ ਵੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ। ਬਾਕੀ ਕੋਈ ਡੇਟ ਇਹਦੇ ਵਿੱਚ ਮੈਂਸ਼ਨ ਹੈ ਜਿਹੜੀ ਹੋਰ ਨਹੀਂ ਕੀਤੀ, ਤਾਂ ਜ਼ਰੂਰ ਇਸ ਵੈਬਸਾਈਟ 'ਤੇ ਜਾ ਕੇ ਜਿਹੜੀ ਤੁਸੀਂ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਜੋ ਵੀ ਜਲੰਧਰ ਕੈਂਟ ਦੇ ਨੀਅਰ ਨੇ ਤਾਂ ਇਸ ਸਕੂਲ ਤੋਂ ਤੁਸੀਂ ਪਤਾ ਜਿਹੜਾ ਕਰ ਸਕਦੇ ਹੋ ਅਗਲਾ ਇਹਨਾਂ ਦਾ ਕੀ ਪ੍ਰੋਸੈਸ ਹੈ, ਕਿਉਂਕਿ ਫਿਲਹਾਲ ਸਾਡੇ ਕੋਲ ਇਹੀ ਇਸ਼ਤਿਹਾਰ ਹੈ ਜਿਹੜਾ ਆਇਆ। ਬਾਕੀ ਅੱਗੇ ਜੋ ਜਾਣਕਾਰੀ ਆਊ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਚੈਨਲ ਨਾਲ ਜੁੜੇ ਰਹੋ। ਧੰਨਵਾਦ ਜੀ।